सब डिवीजन जलालाबाद के अधीन थाना अमीर खास के पिंड चक सैदोगे विखे एक बार फिर समाज को शर्मसार करने वाली मंदभागी घटना वापरन की जानकारी मिली है। पिंड चक सैदोगे विखे एक चाची ने हैवाने दिया सारिया हदा पार करते हुए अपनी 3 महीने की जेड़ की मासूम बच्ची जिंदा जमीन में दबिया और फिर उसकी मौत तो बाद उसकी लाश को खुरद बुरद करने के लिए फ्लश वाली खूह में सुट दिता। इस मौके मृतक बच्ची महकप्रीत की माता अमनदीप कौर ने पत्रकारों के नाल गलबात करते हैं। इस पूरे मामले बारे की जानकारी दी, आओ सुनते हाँ। घटना वापरी जी, उन्हें गुड़िया मेरी मारी चुकी गई है। कौन सी जी? थोड़ी जी मेरी दरानी सी जी। कारण की रहा जी, क्यों चुकी जी? उन्हें कारण पता है भी मेरे भतीजे ने भाई दी सी जी, मैं भजन नहीं दी जी। उन्हें मेरे ना आ दुश्मनी कटी जी, 3 बारी मेरे उन्हें अग लगाई। कदों तो कुड़ी उन्हें ये किया जी, मतलब कोई सी या की किया उन्हें जी? उन्हें 12:30 बजे जी मेरे गवांडियां दे घरे मैं पा के गई सी। मैं बैंक च जावड़ी जी, उन्हें गवांडियां दे घरों 11:30 बजे मंगा लिए आपके कोले। मुड़ के जी मेरे कोले गुड़िया नहीं पहुंची गी। मुंडे नू मेरे तो छोटे तो जी ना लेंदी आ, कहिंदे जी मैं उस बच्चे नू पढ़ाई है। बच्चा जी मेरा आंदा जी मैं नहीं लैके गया दी मां कोले जी। उहने मुड़ के जी ए नी जी उहने मार चुकी है मेरी गुड़िया। की किद्दां तुहानू किद्दां पता लगा किथे मार के किथे रख्या सीगा जी? उह सानू इदां पता लग्या वी सानू आंदी मैं पलछ च कुड़ी डिग पी होणी मुंडे तो असीं पलछ च कल वेखी ना सानू मिली। मुड़ के उदू बाद असीं जदों सारे ने साडे मंबर सरपंचां ने वेखी नहीं मिली। मुड़ के सानू तड़के ने आप ही दस्या भी कहिंदी भी उहदे पैर दिसी जांदे आ जी। अज मेरे दिओर नू दस्या जी, मेरे दिओर ने जी कस के ना कढ़ी की फ्लश वाली खोई चढ़ी गई जी। हां जी हां, नहीं जी दूजी जिहड़ी आपणे मुड़े वाली कच्ची जी, कच्ची हुई जी जी। मारिया किस तरीके नाल उहने जी? ओ ਜਿਉਂਦੀ ਨੱਪਤੀ ਜੀ, ਦੋਆ ਨੱਪ ਕੇ ਮੁੜ ਕੇ ਜੀ ਤੜਕੇ 4 ਵਜੇ ਪਲਾਛ ਚ ਸਿਰ ਆਪ ਹੀ ਜੀ ਉਹਨੇ ਨਵਾਈ। ਪਹਿਲਾਂ ਵੀ ਉਹਨੇ ਕੋਈ ਐਬ ਜੀ ਹਰਕਤ ਕੀਤੀ ਹੈ ਜੀ? ਉਹਨੇ ਪਹਿਲਾਂ ਹਰਕਤ ਕੀਤੀ, ਪਹਿਲਾਂ ਜੀ ਉਹਨੇ ਮੇਰੇ 3 ਵਾਰੀ ਅੱਗ ਲਗਾਈ ਹੈ। ਕੋ ਪੁਲਿਸ ਨੂੰ ਸ਼ਿਕਾਇਤ ਉਦੋਂ ਕੀਤੀ ਸੀਗੀ ਤੁਹਾਡੇ ਵੱਲ ਜੀ? ਉਦੋਂ ਸਾਡੇ ਮੈਂਬਰਾਂ ਸਰਪੰਚਾਂ ਨੇ ਪਿੰਡ ਹੀ ਨਵੇੜਤਾ ਸੀਗਾ ਜੀ। ਉਦੋਂ ਆਪਦੇ ਮੁੰਡੇ ਦੀ ਸਹੁੰ ਚੁੱਕ ਕੇ ਕਹਿੰਦੀ ਵੀ ਮੈਂ ਆਪਦੀ ਮੁੰਡੇ ਦੀ ਸਹੁੰ ਲੱਗੇ ਵੀ ਮੈਂ ਅੱਗ ਨਹੀਂ ਲਾਈ ਜੀ। ਅਸੀਂ ਉਦੋਂ ਤਾਂ ਕਰਕੇ ਚੱਲ ਨੇੜਾ ਨੇੜੀ ਕਰ ਲਏ। ਠੀਕ ਹੈ ਜੀ। ਇਹ ਹੋਈ ਹੈ ਜੀ, ਕੱਲ੍ਹ ਤਾਂ ਉਹ ਕਹਿੰਦੀ ਕੁੱਤਾ ਲੈ ਗਿਆ, ਹੁਣ ਮੁੰਡੇ ਨੂੰ ਫੜਾਤੀ ਸੀ ਕੁੱਤਾ ਲੈ ਗਿਆ ਕੁੜੀ। ਅਸੀਂ ਪਿੰਡ ਨਾਲ ਭਾਲਦੇ ਫਿਰੇ ਹਾਂ ਆਸੇ ਪਾਸੇ, ਨਹੀਂ ਮਿਲੀ। ਅਤੇ ਅੱਜ ਸਵੇਰ ਉਹਨੇ ਆਪਣੇ ਆਪ ਹੀ ਦੱਸਤਾ ਵੀ ਮੈਂ ਮਾਰੀ ਆ ਜਿਉਂਦੀ ਨੱਪੀ ਆ ਅਤੇ ਨੱਪ ਕੇ ਅਤੇ ਸਵੇਰ 4 ਵਜੇ ਵੀ ਮੈਂ ਖੂਹ 'ਚ ਸੈਟ। ਬੱਚੀ ਦੀ ਕੀ ਰਿਸ਼ਤੇਦਾਰੀ ਪੈਂਦੀ ਜੀ ਉਸ ਨੂੰ? मामे सहुरे दी कुड़ी इहने रोकिया भी मेरे देवर दा घर भी उजड़ूगा, मेरा भी उजड़ूगा ते नाल तेरा तो उजड़ना ही उजड़ना, भी मैं ये गल नहीं होण देणी। इस गल पिछे इहने कुड़ी मारी। बच्ची दी कितनी उम्र है जी? 3 महीने। 3 महीने। ਫਿਰ ਤੁਸੀਂ ਉੱਥੇ ਮੌਕੇ ਦੇ ਕੋਈ ਪੁਲਿਸ ਨੂੰ ਬੁਲਾਇਆ ਜੀ? ਨਹੀਂ ਬੁਲਾਇਆ ਜੀ, ਇਹਨਾਂ ਦੇ ਘਰਦਿਆਂ ਨੇ ਹੀ ਰੋਕਤਾ। ਕਹਿੰਦੇ ਵੀ ਬਾਅਦ ਵਿੱਚ ਪੁਲਿਸ ਨੂੰ ਦੱਸਾਂਗੇ ਆਪਾਂ ਨੂੰ ਕਿਤੋਂ ਕੋਈ ਆਪਾਂ ਨੂੰ ਸਬੂਤ ਮਿਲੇ ਜੀ। ਜੀ ਜੀ ਜਦੋਂ ਸਵੇਰ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਬੱਚੀ ਵਿੱਚ ਹੈ? ਹਾਂਜੀ। ਅੱਛਾ ਜੀ। ਉਸ ਤੁਸੀਂ ਥਾਣੇ ਆਏ ਹੋ ਜੀ? ਹਾਂਜੀ ਹਾਂਜੀ। ਥਾਣੇ ਵਾਲਿਆਂ ਨੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਜਾਣ ਤੋਂ ਬਾਅਦ? ਉਹਨਾਂ ਨੇ ਜੀ ਉਹ ਤੋਂ ਸਬੂਤ ਲਿਆ, ਉਹਦੇ ਬਿਆਨ ਲਏ ਆ, ਫਿਰ ਉਹਨੇ ਜਦੋਂ 2-4 ਚਪੇੜੇ ਹੀ ਮਾਰਿਆ ਤਾਂ ਮੰਨ ਗਈ। ਅੱਛਾ ਜੀ। ਹਾਂਜੀ ਮੈਂ ਹੀ ਮਾਰੀ ਜੀ। ਔਰਤ ਦਾ ਕੀ ਨਾਮ ਹੈ ਜੀ? ਕਿੰਨੇ ਮਾਂ? ਸੁਖਜੀਤ ਕੌਰ। ਪਤੀ ਦਾ ਕੀ ਨਾਮ ਹੁੰਦਾ? ਸੁਖਪ੍ਰੀਤ। ਨਿੱਕਾ ਬਲਵੀਰ ਸਿੰਘ ਨਿੱਕਾ। ਤੁਹਾਡੀ ਹੁਣ ਮੰਗ ਕੀ ਹੈ ਜੀ? ਜੀ ਉਹਨੂੰ ਕਰੇ ਨੂੰ ਕਰੀ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਨੂੰ। ਉਹ ਜਨਾਨੀ ਦਾ ਕੋਈ ਕਸੂਰ ਨਹੀਂ, ਨਾ ਨਿੱਕੇ ਦਾ ਕਸੂਰ ਆ। 1 ਮਿੰਟ ਬਾਈ ਜੀ ਜੀ। ਹਾਂਜੀ ਕਿਸੇ ਦਾ ਕੋਈ ਕਸੂਰ ਨਹੀਂਗਾ, ਉਹ ਕੱਲੀ ਹੈਗੀ ਆ ਵੀ ਇਹ ਕਸੂਰਵਾਰ, ਉਹਨੇ ਬੱਚੀ ਮਾਰੀ ਆ। ਜਿੰਨੀ ਵੀ ਦੁਰਘਟਨਾ ਕੀਤੀ ਉਹਨੇ ਕੱਲੀ ਨਹੀਂ ਕੀਤੀ ਆ ਜੀ। ਕੀ ਮਾਮਲਾ ਪੂਰੀ ਕੀ ਗੱਲਬਾਤ ਸੀ, ਕਿਉਂ 1-3 ਮਹੀਨੇ ਦੀ ਬੱਚੀ ਨੂੰ ਇਸ ਤਰ੍ਹਾਂ ਨਾਲ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ? ਇਹ ਥਾਣਾ ਮੀਰ ਖਾਸ 'ਚ ਚੈੱਕ ਸੈਦੇਗੇ ਪਿੰਡ ਹੈਗਾ, ਉੱਥੋਂ ਦੀ ਇੱਕ ਅਮਨਦੀਪ ਕੌਰ ਵਾਈਫ ਆਫ ਦੀਨਦਾਰ ਹੈਗੇ, ਜਿਹਦੇ 5 ਬੱਚੇ ਸੀ। ਉਹ 5 ਜੋ 1-3 ਮਹੀਨੇ ਦੀ ਬੱਚੀ ਸੀਗੀ ਮਹਿਕਦੀਪ, ਇਹਦੇ ਘਰ ਦੇ ਬਿਲਕੁਲ ਸਾਹਮਣੇ ਮਹਿਕਦੀਪ ਦੀ ਚਾਚੀ ਸੁਖਪ੍ਰੀਤ ਕੌਰ ਵਾਈਫ ਆਫ ਬਲਵੀਰ ਸਿੰਘ ਰਹਿੰਦੀ ਹੈ, ਜਿਹਦੇ ਨਾਲ ਇਹ ਮਹਿਕਦੀਪ ਦੀ ਮਾਂ ਅਮਨਦੀਪ ਕੌਰ ਅਤੇ ਜਸਪ੍ਰੀਤ ਸੁਖਪ੍ਰੀਤ ਇਹਨਾਂ ਦੇ ਆਪਸ ਵਿੱਚ ਬਣਦੀ ਨਹੀਂ ਸੀ, ਕਾਫੀ ਇਹਨਾਂ ਦਾ ਲੜਾਈ ਝਗੜਾ ਰਹਿੰਦਾ ਸੀਗਾ।
ਪਹਿਲਾਂ ਵੀ ਦੋ ਤਿੰਨ ਵਾਰੀ ਇਹਨਾਂ ਦੀ ਕੋਈ ਆਗੂ ਦਾ ਇਹਨਾਂ ਦਾ ਪਿੰਡ 'ਚ ਰੌਲਾ ਪਿਆ। ਉਹ ਕੱਲ੍ਹ ਸ਼ਾਮ ਨੂੰ ਅੱਗੇ ਦੀ ਤਰ੍ਹਾਂ ਜਿਹੜੀ ਉਹਨਾਂ ਦੀ ਗੁਆਂਢਣ ਹੈਗੀ ਹੈ ਉਹ ਬੱਚੀ ਨੂੰ ਆਮ ਤੌਰ 'ਤੇ ਖਿਡਾਉਣ ਲੈ ਜਾਂਦੀ ਸੀ ਕਿਉਂਕਿ ਉਹਦੇ ਬੱਚਾ ਨਹੀਂ ਹੈਗਾ ਅਤੇ ਇਹ ਮਾਂ ਜਿਹੜੀ ਹੈਗੀ ਹੈ ਲੜਕੀ ਦੀ ਮਹਿਕ ਦਿੰਦੀ ਬਾਹਰ ਕੰਮ ਕਰਨ ਨੂੰ ਚਲੇ ਜਾਂਦੀ ਸੀ। ਉਹ ਬਾਹਰ ਗਈ ਹੋਈ ਸੀ ਅਤੇ ਪਿੱਛੋਂ ਇਹਦੀ ਬੇਟੀ ਛੋਟੀ ਜਿਹੜੀ ਸੀਗੀ ਉਹਨੂੰ ਇਹਦੀ ਚਾਚੀ ਨੇ ਜਿਹੜੀ ਅਕਿਊਜ਼ ਹੈਗੀ ਇਸ ਮੁਕੱਦਮੇ ਦੀ ਉਹਨੇ ਉਹਨੂੰ ਕਿਹਾ ਵੀ ਇਹਨੂੰ ਤੂੰ ਮੇਰੇ ਘਰ ਲੈ ਆ। ਉਹ ਉਹਦੇ ਘਰ ਲੈ ਗਈ। ਉਹਦੇ ਘਰ ਲਿਜਾਣ ਤੋਂ ਬਾਅਦ ਫਿਰ ਉਹ ਸ਼ਾਮ ਨੂੰ ਕਾਫੀ ਭਾਲ ਕਰਦੇ ਰਹੇ ਅਤੇ ਉਹਦਾ ਸੌ ਪਤਾ ਨਹੀਂ ਲੱਗਾ ਵੀ ਉਹ ਕਿੱਥੇ ਗਈ। ਕਾਫੀ ਲੋਕਾਂ ਨੇ ਫਿਰ ਉੱਥੇ ਉਹਦੇ ਘਰ ਦੀ ਸਰਚ ਕੀਤੀ। ਈਵਨ ਜਿਹੜੀ ਇਹਦੇ ਘਰ ਦੇ ਵਿੱਚ ਇੱਕ ਖੂਹੀ ਬਣੀ ਹੋਈ ਹੈ ਜਿਹੜੀਆਂ ਫਲੱਸ਼ਾਂ ਪਿੰਡਾਂ 'ਚ ਬਣਦੀਆਂ ਨੇ ਉਹ ਖੂਹੀ ਟਾਈਪ ਹੈਗੀਆਂ ਉਹਦੇ ਵਿੱਚ ਵੀ ਇਹਨਾਂ ਨੇ ਸਰੀਏ ਵਗੈਰਾ ਮਾਰ ਕੇ ਦੇਖਿਆ ਪਰ ਉਹਦਾ ਕੁਛ ਪਤਾ ਨਹੀਂ ਲੱਗਾ। ਤਾਂ ਅੱਜ ਸਵੇਰੇ ਜਿਹੜੀ ਹੈਗੀ ਆ ਉਹਦੀ ਦੇਖਿਆ ਵੀ ਜਿਹੜੀ ਉਹਦੀ ਲਾਸ਼ ਹੈਗੀ ਆ ਉਹ ਪਾਣੀ ਦੇ ਵਿੱਚ ਖੂਹੀ ਦੇ ਵਿੱਚ ਤੈਰਦੀ ਸੀਗੀ। ਤਾਂ ਉਹ ਲਾਸ਼ ਉੱਥੋਂ ਪਹਿਲਾਂ ਉਹਨੇ ਕੱਢੀ, ਕੱਢ ਕੇ ਫਿਰ ਉਹਨੇ ਜਿਹੜੀ ਮਿੱਟੀ ਸੀ ਘਰ ਦੇ ਵਿੱਚ ਹੀ ਉਹਦੇ ਵਿੱਚ ਦੱਬ ਦਿੱਤੀ। ਇਹ ਇੱਥੋਂ ਜਿਹੜੀ ਉਹ ਮਿੱਟੀ ਤਾਜ਼ੀ ਪੁੱਟੀ ਹੋਈ ਸੀ ਵੀ ਸਵੇਰੇ ਜਦੋਂ ਦੁਬਾਰਾ ਭਾਲ ਕੀਤੀ ਗਈ ਤਾਂ ਉੱਥੋਂ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਡੈੱਡ ਬੋਡੀ ਬਾਹਰ ਕੱਢ ਲਈ ਜਿਹਦੇ ਉੱਤੇ ਅਕਿਊਜ਼ ਜਿਹੜੀ ਹੈਗੀ ਹੈ ਸੁਖਪ੍ਰੀਤ ਕੌਰ ਦੇ ਖਿਲਾਫ਼ FIR ਨੰਬਰ 18 ਅੰਡਰ ਸੈਕਸ਼ਨ 302 IPC ਦਰਜ ਕਰ ਲਿਆ ਗਿਆ। ਵਜ੍ਹਾ ਰੰਜਿਸ਼ ਇਹਨਾਂ ਇਹਦੀ ਮਾਂ ਦੀ ਅਤੇ ਉਹਦੀ ਆਪਸ ਵਿੱਚ ਨਾ ਬਣਨਾ ਅਤੇ ਇੱਕ ਦੂਜੇ ਨਾਲ ਕਾਫ਼ੀ ਲੜਾਈ ਝਗੜਾ ਰਹਿਣਾ ਉਹਨੂੰ ਸਾਹਮਣੇ ਇਹਨਾਂ ਦੇ ਘਰ ਹੈ। ਚਾਰ ਦੁਆਰੀ ਇਹਨਾਂ ਦੀ ਹੈ ਨਹੀਂ ਕੋਈ ਪਰ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅਤੇ ਇਹਦਾ ਸਵੇਰੇ ਪੋਸਟਮਾਰਟਮ ਕਰਾਉਂਗੇ ਬੱਚੇ ਦਾ। ਬੱਚੇ ਦੀ ਮਾਂ ਜਿਹੜਾ ਬੱਚੇ ਦੀ ਡੈੱਥ ਹੋਈ ਆ ਉਹ ਕਤਲ ਹੋਇਆ ਉਸਦੀ ਮਾਂ ਨੇ ਇਹ ਕਿਹਾ ਕਿ ਉਸਦੇ ਜਿਹੜਾ ਕੀ ਹੈ ਭਤੀਜੇ ਦੇ ਨਾਲ ਕੋਈ ਸੰਬੰਧ ਵਗੈਰਾ ਇਸਦੇ ਹੈਗੇ ਸੀ ਉਸ ਤੋਂ ਇਹ ਰੋਕਦੀ ਸੀ। ਉਹ ਜਿਹੜੀ ਅਜੇ ਪ੍ਰਾਇਮਰੀ ਪੁੱਛਗਿੱਛ ਕਰਾਂਗੇ ਉਹ ਤੋਂ ਕਲੀਅਰ ਹੋ ਜਾਏਗਾ ਸਾਰਾ।